ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿਖੇ ਮੱਥਾ ਟੇਕਣ ਗਏ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਸ਼ਨਾਨ ਕਰਦੇ ਸਮੇਂ ਇਹ ਭਾਣਾ ਵਾਪਰ ਗਿਆ। ਦੋ ਡੇਰਾਵਾਸੀ ਦੇ ਤੇ ਇੱਕ ਚੰਡੀਗੜ੍ਹ ਦਾ ਨੌਜਵਾਨ ਸੀ। ਪਾਣੀ ਦੇ ਵਿੱਚ ਡੁੱਬਣ ਕਰਕੇ ਇਹਨਾਂ ਤਿੰਨਾਂ ਦੋਸਤਾਂ ਦੀ ਜਾਨ ਚਲੀ ਗਈ। ਉਹਨਾਂ ਦੀ ਥਾਰ ਗੱਡੀ ਪੌਂਟਾ ਸਾਹਿਬ ਗੁਰੂ ਘਰ ਦੀ ਪਾਰਕਿੰਗ ਦੇ ਵਿੱਚ ਖੜ੍ਹੀ ਹੈ। ਇਹ ਤਿੰਨੇ ਡੇਰਾਵਾਸੀ ਦੇ ਤਰਿੰਦਰ ਦੀ ਥਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਮੱਥਾ ਟੇਕਣ ਗਏ ਸੀ। ਮੱਥਾ ਟੇਕਣ ਤੋਂ ਬਾਅਦ ਗੁਰੂ ਘਰ ਦੇ ਦਰਿਆ ਘਾਟ ਦੀਆਂ ਪੌੜੀਆਂ ਤੋਂ ਹੇਠਾਂ ਉਤਰੇ ਤੇ ਹਾਦਸੇ ਦਾ ਸ਼ਿਕਾਰ ਹੋ ਗਏ। ਕਾਫੀ ਸਮੇਂ ਬਾਅਦ ਸਰਚ ਟੀਮ ਦੇ ਵੱਲੋਂ ਤਿੰਨਾਂ ਦੀਆਂ ਲਾਸ਼ਾਂ ਨੂੰ ਨਦੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਮੌਕੇ ਤੇ ਨੌਜਵਾਨਾਂ ਦੇ ਕੱਪੜੇ ਅਤੇ ਮੋਬਾਈਲ ਫੋਨ ਬਰਾਮਦ ਹੋਏ ਨੇ। ਦੱਸਦੇ ਕਿ ਯਮੁਨਾ ਨਗਰ ਤੋਂ ਕੁਝ ਦੂਰੀ ਤੇ ਸਥਿਤ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿਖੇ ਤਿੰਨ ਪੰਜਾਬੀ ਨੌਜਵਾਨਾਂ ਦੇ ਨਾਲ ਦਰਦਨਾਕ ਭਾਣਾ ਵਾਪਰ ਗਿਆ। ਇੱਥੇ ਯਮੁਨਾ ਨਦੀ ਦੇ ਵਿੱਚ ਇਸ਼ਨਾਨ ਕਰਦੇ ਸਮੇਂ ਤਿੰਨ ਪੰਜਾਬੀ ਨੌਜਵਾਨ ਪਾਣੀ ਦੇ ਵਿੱਚ ਰੁੜ ਗਏ। ਇੱਥੇ ਡੁੱਬਣ ਕਾਰਨ ਇਹਨਾਂ ਤਿੰਨਾਂ ਦੀ ਮੌਤ ਹੋ ਗਈ। ਇੱਕ ਦੋਸਤ ਨੂੰ ਡੁੱਬਦਾ ਦੇਖ ਦੋ ਦੋਸਤ ਪਾਣੀ ਦੇ ਵਿੱਚ ਉਤਰ ਗਏ। ਯਮੁਨਾ ਨਦੀ ਦੇ ਵਿੱਚ ਉਤਰਨ ਕਰਕੇ ਤਿੰਨੇ ਹੀ ਪਾਣੀ ਦੇ ਵਿੱਚ ਰੁੜ ਗਏ। ਮ੍ਰਿਤਕਾਂ ਦੀ ਪਛਾਣ ਤਰਿੰਦਰ ਸਿੰਘ ਸੈਣੀ ਉਰਫ ਪ੍ਰਿੰਸ, ਜਿਸ ਦੀ ਉਮਰ 22 ਸਾਲ ਦੀ ਸੀ, ਇਹ ਡੇਰਾਵਾਸੀ ਦਾ ਰਹਿਣ ਵਾਲਾ ਸੀ। ਦੂਸਰਾ ਰਾਘਵ ਮਿਸ਼ਰਾ, ਇਸ ਦੀ ਉਮਰ 21 ਸਾਲ ਦੀ ਸੀ, ਇਹ ਵੀ ਡੇਰਾਵਾਸੀ ਦਾ ਰਹਿਣ ਵਾਲਾ ਸੀ। ਤੀਜਾ ਅਭਿਸ਼ੇਕ ਆਜ਼ਾਦ, ਜਿਸ ਦੀ ਉਮਰ 21 ਸਾਲ ਦੀ ਸੀ, ਇਹ ਚੰਡੀਗੜ੍ਹ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ੍ਰੀ ਪੌਂਟਾ ਸਾਹਿਬ ਵਿਖੇ ਪੁਲਿਸ ਨੇ ਸ਼ਾਮ ਨੂੰ ਸੂਚਿਤ ਕੀਤਾ ਕਿ ਨੌਜਵਾਨਾਂ ਦੀ ਪਾਣੀ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ। ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਨੂੰ ਡੁੱਬਦਾ ਦੇਖ ਦੋ ਦੋਸਤ ਉਸ ਨੂੰ ਬਚਾਉਣ ਦੇ ਲਈ ਨਦੀ ਦੇ ਵਿੱਚ ਗਏ ਤੇ ਤਿੰਨੇ ਹੀ ਪਾਣੀ ਦੇ ਵਿੱਚ ਡੁੱਬ ਗਏ। ਬਾਅਦ ਵਿੱਚ ਗੋਤਾਖੋਰਾਂ ਦੀ ਸਹਾਇਤਾ ਦੇ ਨਾਲ ਤਿੰਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਹ ਤਿੰਨੇ ਜਾਣੇ ਤਰਿੰਦਰ ਦੀ ਥਾਰ ਕਾਰ ਦੇ ਵਿੱਚ ਸਵਾਰ ਹੋ ਕੇ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਮੱਥਾ ਟੇਕਣ ਗਏ ਸੀ ਤੇ ਇਸ਼ਨਾਨ ਕਰਦੇ ਸਮੇਂ ਇਹ ਦਰਦਨਾਕ ਭਾਣਾ ਵਾਪਰ ਗਿਆ। ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿਖੇ ਮੱਥਾ ਟੇਕਣ ਗਏ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਸ਼ਨਾਨ ਕਰਦੇ ਸਮੇਂ ਇਹ ਭਾਣਾ ਵਾਪਰ ਗਿਆ। ਦੋ ਡੇਰਾਵਾਸੀ ਦੇ ਤੇ ਇੱਕ ਚੰਡੀਗੜ੍ਹ ਦਾ ਨੌਜਵਾਨ ਸੀ। ਪਾਣੀ ਦੇ ਵਿੱਚ ਡੁੱਬਣ ਕਰਕੇ ਇਹਨਾਂ ਤਿੰਨਾਂ ਦੋਸਤਾਂ ਦੀ ਜਾਨ ਚਲੀ ਗਈ। ਉਹਨਾਂ ਦੀ ਥਾਰ ਗੱਡੀ ਪੌਂਟਾ ਸਾਹਿਬ ਗੁਰੂ ਘਰ ਦੀ ਪਾਰਕਿੰਗ ਦੇ ਵਿੱਚ ਖੜ੍ਹੀ ਹੈ। ਇਹ ਤਿੰਨੇ ਡੇਰਾਵਾਸੀ ਦੇ ਤਰਿੰਦਰ ਦੀ ਥਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਮੱਥਾ ਟੇਕਣ ਗਏ ਸੀ। ਮੱਥਾ ਟੇਕਣ ਤੋਂ ਬਾਅਦ ਗੁਰੂ ਘਰ ਦੇ ਦਰਿਆ ਘਾਟ ਦੀਆਂ ਪੌੜੀਆਂ ਤੋਂ ਹੇਠਾਂ ਉਤਰੇ ਤੇ ਹਾਦਸੇ ਦਾ ਸ਼ਿਕਾਰ ਹੋ ਗਏ। ਕਾਫੀ ਸਮੇਂ ਬਾਅਦ ਸਰਚ ਟੀਮ ਦੇ ਵੱਲੋਂ ਤਿੰਨਾਂ ਦੀਆਂ ਲਾਸ਼ਾਂ ਨੂੰ ਨਦੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਮੌਕੇ ਤੇ ਨੌਜਵਾਨਾਂ ਦੇ ਕੱਪੜੇ ਅਤੇ ਮੋਬਾਈਲ ਫੋਨ ਬਰਾਮਦ ਹੋਏ ਨੇ। ਦੱਸਦੇ ਕਿ ਯਮੁਨਾ ਨਗਰ ਤੋਂ ਕੁਝ ਦੂਰੀ ਤੇ ਸਥਿਤ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿਖੇ ਤਿੰਨ ਪੰਜਾਬੀ ਨੌਜਵਾਨਾਂ ਦੇ ਨਾਲ ਦਰਦਨਾਕ ਭਾਣਾ ਵਾਪਰ ਗਿਆ। ਇੱਥੇ ਯਮੁਨਾ ਨਦੀ ਦੇ ਵਿੱਚ ਇਸ਼ਨਾਨ ਕਰਦੇ ਸਮੇਂ ਤਿੰਨ ਪੰਜਾਬੀ ਨੌਜਵਾਨ ਪਾਣੀ ਦੇ ਵਿੱਚ ਰੁੜ ਗਏ। ਇੱਥੇ ਡੁੱਬਣ ਕਾਰਨ ਇਹਨਾਂ ਤਿੰਨਾਂ ਦੀ ਮੌਤ ਹੋ ਗਈ। ਇੱਕ ਦੋਸਤ ਨੂੰ ਡੁੱਬਦਾ ਦੇਖ ਦੋ ਦੋਸਤ ਪਾਣੀ ਦੇ ਵਿੱਚ ਉਤਰ ਗਏ। ਯਮੁਨਾ ਨਦੀ ਦੇ ਵਿੱਚ ਉਤਰਨ ਕਰਕੇ ਤਿੰਨੇ ਹੀ ਪਾਣੀ ਦੇ ਵਿੱਚ ਰੁੜ ਗਏ। ਮ੍ਰਿਤਕਾਂ ਦੀ ਪਛਾਣ ਤਰਿੰਦਰ ਸਿੰਘ ਸੈਣੀ ਉਰਫ ਪ੍ਰਿੰਸ, ਜਿਸ ਦੀ ਉਮਰ 22 ਸਾਲ ਦੀ ਸੀ, ਇਹ ਡੇਰਾਵਾਸੀ ਦਾ ਰਹਿਣ ਵਾਲਾ ਸੀ। ਦੂਸਰਾ ਰਾਘਵ ਮਿਸ਼ਰਾ, ਇਸ ਦੀ ਉਮਰ 21 ਸਾਲ ਦੀ ਸੀ, ਇਹ ਵੀ ਡੇਰਾਵਾਸੀ ਦਾ ਰਹਿਣ ਵਾਲਾ ਸੀ। ਤੀਜਾ ਅਭਿਸ਼ੇਕ ਆਜ਼ਾਦ, ਜਿਸ ਦੀ ਉਮਰ 21 ਸਾਲ ਦੀ ਸੀ, ਇਹ ਚੰਡੀਗੜ੍ਹ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ੍ਰੀ ਪੌਂਟਾ ਸਾਹਿਬ ਵਿਖੇ ਪੁਲਿਸ ਨੇ ਸ਼ਾਮ ਨੂੰ ਸੂਚਿਤ ਕੀਤਾ ਕਿ ਨੌਜਵਾਨਾਂ ਦੀ ਪਾਣੀ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ। ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਨੂੰ ਡੁੱਬਦਾ ਦੇਖ ਦੋ ਦੋਸਤ ਉਸ ਨੂੰ ਬਚਾਉਣ ਦੇ ਲਈ ਨਦੀ ਦੇ ਵਿੱਚ ਗਏ ਤੇ ਤਿੰਨੇ ਹੀ ਪਾਣੀ ਦੇ ਵਿੱਚ ਡੁੱਬ ਗਏ। ਬਾਅਦ ਵਿੱਚ ਗੋਤਾਖੋਰਾਂ ਦੀ ਸਹਾਇਤਾ ਦੇ ਨਾਲ
ਤਿੰਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਹ ਤਿੰਨੇ ਜਾਣੇ ਧਰਿੰਦਰ ਦੀ ਥਾਰ ਕਾਰ ਦੇ ਵਿੱਚ ਸਵਾਰ ਹੋ ਕੇ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਮੱਥਾ ਟੇਕਣ ਗਏ ਸੀ ਅਤੇ ਇਸ਼ਨਾਨ ਕਰਦੇ ਸਮੇਂ ਇਹ ਦਰਦਨਾਕ ਭਾਣਾ ਵਾਪਰ ਗਿਆ।